ਸਾਰਾ ਮਸਲਾ ਜਿਹੜਾ ਪਿਛਲੇ ਦਿਨਾਂ 'ਚ ਨਿਕਲ ਕੇ ਆਇਆ ਹਰੀਸ਼ ਰਾਵਤ ਹੋਰਾਂ ਦੀ ਗੱਲਬਾਤ 'ਚ ਜਿਹੜਾ ਸੰਕੇਤ ਮਿਲਿਆ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਜੇਕਰ ਉਪ ਮੁੱਖ ਮੰਤਰੀ ਨਹੀਂ ਬਣ ਪਾਉਂਦੇ ਤਾਂ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ, ਪਰ ਕੈਪਟਨ ਅਮਰਿੰਦਰ ਲਗਭਗ ਸਾਫ਼ ਕਰ ਚੁੱਕੇ ਨੇ, ਉਹ ਇਸ ਰੈਲੀ ਤੋਂ ਪਹਿਲਾਂ ਵੀ ਆਖ ਚੁੱਕੇ ਨੇ ਕਿ ਨਵਜੋਤ ਸਿੱਧੂ ਨੇ ਮੁੜ ਕੇ ਬਿਜਲੀ ਵਾਲਾ ਵਿਭਾਗ ਸਾਂਭਣਾ, ਸਾਂਭ ਲੈਣ, ਊਰਜਾ ਵਾਲਾ ਮੰਤਰਾਲਾ ਲੈਣਾ, ਲੈ ਲੈਣ, ਸਥਾਨਕ ਸਰਕਾਰ ਵਾਲਾ ਨਹੀਂ ਮੈਂ ਦੇ ਸਕਦਾ। ਮਤਲਬ ਜੇ ਪੁਰਾਣਾ ਮੰਤਰਾਲਾ ਨਹੀਂ ਮੈਂ ਦੇ ਸਕਦਾ ਤਾਂ ਇਹਦਾ ਮਤਲਬ ਉਪ ਮੁੱਖ ਮੰਤਰੀ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਆ। ਅਤੇ ਰਹੀ ਗੱਲ ਪ੍ਰਧਾਨ ਦੀ, ਇਹ ਵੀ ਕੈਪਟਨ ਅਮਰਿੰਦਰ ਕਹਿ ਚੁੱਕੇ ਨੇ, 3 ਸਾਲ ਪਹਿਲਾਂ ਆਇਆ ਬੰਦੇ ਨੂੰ ਕਹਿੰਦੇ ਕਿਵੇਂ ਪਾਰਟੀ 'ਚ ਪ੍ਰਧਾਨ ਬਣਾ ਦਈਏ, ਉਹ ਤੋਂ ਪਹਿਲਾਂ ਸੀਨੀਅਰ ਵਰਕਰ ਬੈਠੇ ਨੇ ਜਿਨ੍ਹਾਂ ਨੇ ਲੰਬਾ ਸਮਾਂ ਕਹਿੰਦੇ ਕੰਮ ਕੀਤੀ ਆ। ਸੋ ਇਹ ਸਭ ਦੇ ਵਿਚਕਾਰ ਰਾਵਤ ਹੋਰੀ ਇੱਕ ਗੱਲ ਕਰ ਜਾਂਦੇ ਨੇ, ਹਰੀਸ਼ ਰਾਵਤ ਹੋਰਾਂ ਦਾ ਇਹ ਕਹਿਣਾ ਕਿ ਕੈਪਟਨ ਅਮਰਿੰਦਰ ਸਾਡਾ ਵਰਤਮਾਨ ਨੇ ਅਤੇ ਨਵਜੋਤ ਸਿੱਧੂ ਕਾਂਗਰਸ ਦਾ ਭਵਿੱਖ। ਹੁਣ ਕੀ ਮਾਇਨੇ ਨੇ ਹਰੀਸ਼ ਰਾਵਤ ਦੇ ਇਹਨਾਂ ਬੋਲਾਂ ਦੇ? ਜੇਕਰ ਕੈਪਟਨ ਅਮਰਿੰਦਰ ਕਹਿੰਦੇ ਸਾਡਾ ਵਰਤਮਾਨ ਹੈ, ਇਹਦਾ ਮਤਲਬ ਵਰਤਮਾਨ 2022 ਦੀਆਂ ਚੋਣਾਂ ਤੱਕ ਹੈ ਅਤੇ ਭਵਿੱਖ 2022 ਤੋਂ ਬਾਅਦ ਦਾ ਭਵਿੱਖ ਕਾਂਗਰਸ ਦਾ ਕੀ ਨਵਜੋਤ ਸਿੱਧੂ ਹੈ? ਕੀ ਨਵਜੋਤ ਸਿੰਘ ਸਿੱਧੂ ਨੂੰ ਹਰੀਸ਼ ਰਾਵਤ ਨੇ ਝੰਡੀ ਦੇ ਦਿੱਤੀ ਆ ਹਰੀ ਕਿ ਭਾਈ 2022 ਦੀਆਂ ਵਿਧਾਨ ਸਭਾ ਚੋਣਾਂ ਤੇਰੀ ਅਗਵਾਈ 'ਚ ਲੜਾਂਗੇ? ਕੀ ਕੈਪਟਨ ਅਮਰਿੰਦਰ ਨੂੰ ਅੰਦਰ ਖਾਤੇ ਇਸ ਗੱਲ ਲਈ ਮਨਾ ਲਿਆ ਗਿਆ ਕਿ ਤੈਨੂੰ ਦਿੱਲੀ ਲੈ ਜਾਂਗੇ, ਕੋਈ ਬੜਾ ਅਹੁਦਾ ਦੇ ਸਕਦੇ ਹਾਂ ਪਾਰਟੀ 'ਚ? ਜੇ ਸਰਕਾਰ ਆਈ ਤਾਂ ਉੱਥੇ ਕੋਈ ਬੜਾ ਅਹੁਦਾ ਜਾਂ ਕਿਸੇ ਗਵਰਨਰ ਜਾਂ ਕਿਸੇ ਦੇਸ਼ ਦਾ ਇੰਚਾਰਜ ਲਾ ਸਕਦੇ ਹਾਂ? ਕੀ ਕੋਈ ਨਾ ਕੋਈ ਸਹਿਮਤੀ ਹੋਈ ਆ? ਪਰ ਜਿਸ ਢੰਗ ਨਾਲ ਕੱਲ੍ਹ ਅਮਰਿੰਦਰ ਅਤੇ ਸਿੱਧੂ ਨੇੜੇ ਨਹੀਂ ਆਏ, ਜਿਸ ਢੰਗ ਨਾਲ ਨਜ਼ਰ ਨਹੀਂ ਮਿਲਾਈ, ਜਿਸ ਢੰਗ ਨਾਲ ਅਮਰਿੰਦਰ ਨੇ ਸਿੱਧੂ ਦਾ ਨਾਂ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ, ਉੱਥੋਂ ਤਾਂ ਨਹੀਂ ਲੱਗਦਾ ਕੋਈ ਸਮਝੌਤਾ ਹੋਇਆ। ਤਾਂ ਇਹਦਾ ਮਤਲਬ ਹਰੀਸ਼ ਰਾਵਤ ਆਪਣੇ ਲੈਵਲ 'ਤੇ ਗੱਲ ਕਰ ਰਹੇ ਨੇ, ਕੈਪਟਨ ਅਮਰਿੰਦਰ ਆਪਣੇ ਲੈਵਲ 'ਤੇ ਗੱਲ ਕਰ ਰਹੇ। ਤਾਂ ਹੀ ਮੈਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਜੇਕਰ ਰਾਹੁਲ ਗਾਂਧੀ ਨੂੰ ਬੱਚਾ ਦੱਸਿਆ ਇੱਕ ਵਾਰ ਫਿਰ, ਪਹਿਲਾਂ ਵੀ ਕਹਿ ਚੁੱਕੇ ਨੇ, ਹੁਣ ਉਹਨਾਂ ਨੇ ਢੰਗ ਜਿਹੇ ਨਾਲ ਕਿਹਾ, ਪਹਿਲਾਂ ਸਿੱਧਾ ਵੀ ਕਹਿਤਾ ਸੀ ਇੱਕ ਵਾਰ। ਸੋ ਇਸ ਤੋਂ ਸਾਫ਼ ਹੈ ਕਿ ਕਿਤੇ ਨਾ ਕਿਤੇ ਸਿੱਧੂ ਅਤੇ ਕੈਪਟਨ ਦੀ ਦੂਰੀ ਮੁੱਕੀ ਨਹੀਂ ਹੈ, ਕਿਤੇ ਨਾ ਕਿਤੇ ਮਾਮਲਾ ਉਹਨਾਂ ਦਿਨਾਂ 'ਚ ਭੱਕ ਸਕਦਾ।